ਬਾਈ ਜੀ ਤੁਸੀਂ ਵੀ ਆ ਜਾਓ, ਤੁਸੀਂ ਆ ਜਾਓ ਇੱਥੇ, ਤੁਸੀਂ ਗੱਲ ਸ਼ੁਰੂ ਕਰੋ, ਜਾਂ ਤਾਂ ਆ ਜਾਓ ਆ ਕੇ ਆਪਣਾ ਜੰਗਵੀਰ ਜੀ ਯੂ ਕੈਨ ਮੇਕ ਲੋਤੀ ਨੰਗਲ ਸਾਹਿਬ ਕਰ ਲਈਏ ਜੀ ਸ਼ੁਰੂ ਕਰ ਲਈਏ ਜੀ ਕਰ ਲਈਏ ਜੀ ਸ਼ੁਰੂ ਅੱਜ ਜੀ ਅੱਜ ਜੀ ਬਹਿਬਲ ਕਲਾਂ ਗੋਲੀ ਕਾਂਡ ਦੇ ਜਿਹੜੇ ਮੁੱਖ ਗਵਾਹ ਸੀ ਸਵਰਗਵਾਸੀ ਸਰਦਾਰ ਸੁਰਜੀਤ ਸਿੰਘ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੀ ਪਤਨੀ ਸਤਿਕਾਰਯੋਗ ਜਸਵੀਰ ਕੌਰ ਜੀ ਉਹਨਾਂ ਦੇ ਲੜਕੇ ਸਤਿਕਾਰਯੋਗ ਆਪਣਾ ਲਖਵਿੰਦਰ ਸਿੰਘ ਜੀ ਅੱਜ ਇਹ ਦੋਵੇਂ ਜੀ ਬੜੀ ਮੁਸ਼ਕਤ ਨਾਲ ਬੜੇ ਔਖੇ ਹੋ ਕੇ ਬੜੇ ਭਰੇ ਮਨ ਨਾਲ ਬੜੇ ਦੁਖੀ ਹਿਰਦੇ ਨਾਲ ਅੱਜ ਪੰਜਾਬ ਦੀ ਇਸ ਪਵਿੱਤਰ ਸਦਨ 'ਚ ਆਪ ਦੀ ਇਨਸਾਫ ਦੀ ਮੰਗ ਲੈ ਕੇ ਅੱਜ ਬੜੇ ਹੀ ਆਸ ਉਮੀਦ ਨਾਲ ਇੱਥੇ ਪਹੁੰਚੇ ਔਰ ਇਹਨਾਂ ਦਾ ਇੱਥੇ ਪਹੁੰਚਣਾ ਕੋਈ ਰਸਤਾ ਸੌਖਾ ਨਹੀਂ ਸੀ ਇਹਨਾਂ 'ਤੇ 24 ਘੰਟੇ ਪੰਜਾਬ ਸਰਕਾਰ ਵੱਲੋਂ ਇੰਟੈਲੀਜੈਂਸ ਮਹਿਕਮੇ ਵੱਲੋਂ ਨਿਗਰਾਨੀ ਰੱਖੀ ਜਾਂਦੀ ਹੈ ਇਹਨਾਂ ਦੀ ਇੱਕ ਇੱਕ ਮੂਵਮੈਂਟ ਨੂੰ ਵਾਚ ਕੀਤਾ ਜਾਂਦਾ ਹੈ ਪੁਲਿਸ ਨੂੰ ਚੱਕਵਾ ਦੇ ਕੇ ਇਹ ਪੰਜਾਬ ਦੇ ਚੰਡੀਗੜ੍ਹ ਤਾਂ ਪਹੁੰਚ ਗਏ ਮਗਰ ਪੰਜਾਬ ਪੁਲਿਸ ਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਇਹ ਵਿਧਾਨ ਸਭਾ ਦੇ ਅੰਦਰ ਆ ਗਏ ਔਰ ਮੈਂ ਇਸ ਐਕਸ਼ਨ ਨੂੰ ਕੰਡੈਮ ਵੀ ਕਰਦਾ ਔਰ ਮੈਂ ਇਹ ਗੱਲ ਸਪੀਕਰ ਸਾਹਿਬ ਨਾਲ ਵੀ ਟੇਕਅਪ ਕਰਨੀ ਹੈ ਆਸ ਮੈਨੂੰ ਕੋਈ ਜ਼ਿਆਦਾ ਲੱਗਦੀ ਨਹੀਂ ਮਗਰ ਮੈਂ ਟੇਕਅਪ ਇਸ ਲਈ ਕਰੂੰਗਾ ਕਿ ਜਿਹਦਾ ਪਾਸ ਬਣ ਗਿਆ ਹੋਵੇ ਉਹ ਪਾਸ ਬਣ ਕੇ ਸਾਡੇ ਨਾਲ ਦਫ਼ਤਰ 'ਚ ਆ ਗਏ ਹੋਣ ਉਹ ਤੋਂ ਬਾਅਦ ਪੁਲਿਸ ਦੇ ਘੱਟੋ ਘੱਟ ਇੱਥੇ ਵੀ CID ਦੇ ਮਹਿਕਮੇ ਵਾਲੇ ਖੜ੍ਹੇ ਆ ਔਰ ਘੱਟੋ ਘੱਟ 25 ਮੁਲਾਜ਼ਮ ਵਿਦ ਇੱਕ ਸੀਨੀਅਰ ਅਫਸਰ ਆਏ ਕਿ ਸਾਨੂੰ ਇਹਨਾਂ ਦੀ ਅਸੀਂ ਇਹਨਾਂ ਦੀ ਪੁੱਛਗਿੱਛ ਕਰਨੀ ਹੈ ਜਿਹੜਾ ਕੋਈ ਪਾਸ ਇੱਕ ਡਿਊ ਪ੍ਰੋਸੈਸ ਤੋਂ ਬਾਅਦ ਅੰਦਰ ਆ ਗਿਆ ਹੋਵੇ ਉਹਦੀ ਕਾਹਦੀ ਪੁੱਛਗਿੱਛ ਬਣਦੀ ਹੈ ਸਿਰਫ ਮਕਸਦ ਇਹ ਸੀ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਪੰਜਾਬ ਦੀ ਵਿਧਾਨ ਸਭਾ ਤੋਂ ਹਟਾਤਾ ਜਾਵੇ ਰਿਮੂਵ ਕਰਤਾ ਜਾਵੇ ਇਹ ਆਪਦੀ ਗੱਲ ਇੱਥੇ ਨਾ ਰੱਖ ਸਕਣ ਔਰ ਇਹ ਸਾਡੇ ਸਤਿਕਾਰਯੋਗ MLA ਸਾਹਿਬ ਮਨਪ੍ਰੀਤ ਸਿੰਘ ਜੀ ਆਯਾਲੀ ਸਾਹਿਬ ਨੇ 0 ਆਵਰ 'ਚ ਇਹਨਾਂ ਦਾ ਮੁੱਦਾ ਉਠਾਇਆ ਔਰ ਇਹ ਮੁੱਦਾ ਉਠਾਉਣਾ ਜ਼ਰੂਰੀ ਕਿਉਂ ਹੋ ਗਿਆ ਕਿਉਂਕਿ ਅੱਜ ਜਿਸ ਦਿਨ ਸੈਸ਼ਨ ਸ਼ੁਰੂ ਹੋਇਆ ਸੀ ਉਸ ਦਿਨ ਕਿੱਕੀ ਢਿੱਲੋਂ ਅਤੇ ਕਾਂਗੜ ਨੇ ਇੱਥੇ ਆਪਦਾ ਇੱਕ ਡਰਾਮਾ ਰਚਿਆ ਵੇਖੋ ਜਿਹੜੀ ਅਫੈਕਟਿਡ ਪਾਰਟੀ ਹੈ ਜਿਹੜੇ ਮੁੱਖ ਗਵਾਹ ਸਾਹਿਬ ਸੁਰਜੀਤ ਸਿੰਘ ਉਹਨਾਂ ਦਾ ਪਰਿਵਾਰ ਬੜੀ ਦਲੇਰੀ ਨਾਲ ਔਰ ਇਹਨਾਂ 'ਤੇ ਅੱਤ ਦਾ ਦਬਾਅ ਮਤਲਬ ਇਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਕਾਂਗੜ ਅਤੇ ਢਿੱਲੋਂ ਵੱਲੋਂ ਕਿੱਕੀ ਢਿੱਲੋਂ ਵੱਲੋਂ ਇਹਨਾਂ ਨੂੰ ਦਬਕੇ ਵੀ ਮਾਰੇ ਗਏ ਇਹਨਾਂ ਨੂੰ ਥਰੈਟ ਵੀ ਕੀਤਾ ਗਿਆ ਇਹਨਾਂ ਦੀ ਜਾਨ ਨੂੰ ਖਤਰਾ ਵੀ ਪੈਦਾ ਹੋਇਆ ਮਗਰ ਇਹ ਬੜੀ ਦਲੇਰੀ ਨਾਲ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ 'ਚ ਮਾਤਾ ਜੀ ਆਪਦੀ ਗੱਲ ਰੱਖਦੇ ਆਏ ਹੈ ਔਰ ਬੜੇ ਲੰਮੇ ਸਮੇਂ ਬਾਅਦ ਜਦ ਇਹਨਾਂ ਨੇ ਮਹਿਸੂਸ ਕੀਤਾ ਕਿ ਨਾ SSP ਸੁਣੇ ਨਾ DC ਸਾਹਿਬ ਸੁਣਨ ਨਾ ਹੁਕਮਰਾਨ ਸੁਣਨ ਜਦ ਕਿਸੇ ਨੇ ਨਹੀਂ ਸੁਣੀ ਅੱਜ ਇਹ ਪੰਜਾਬ ਦੀ ਵਿਧਾਨ ਸਭਾ 'ਚ ਪੰਜਾਬ ਦੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਹਰ ਪਾਰਟੀ ਦੇ MLA ਨੂੰ ਚਾਹੇ ਉਹ ਆਪ ਦਾ ਸੀ ਚਾਹੇ ਉਹ ਕਾਂਗਰਸ ਦਾ ਸੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ ਚਾਹੇ ਉਹ BJP ਦਾ ਸੀ ਚਾਹੇ ਉਹ ਆਜ਼ਾਦ ਸੀ ਇਹਨਾਂ ਨੇ ਆਪਦਾ ਇੱਕ ਮੈਮੋਰੈਂਡਮ ਹਰ MLA ਨੂੰ ਦਿੱਤਾ ਕਿ ਤੁਸੀਂ ਸਾਡੀ ਗੱਲ ਚੁੱਕੋ ਔਰ ਮੈਂ ਬੜੇ ਅਫਸੋਸ ਨਾਲ ਕਹਿੰਦਾ ਕਿ ਪੋਲੀਟਿਕਸ ਅਤੇ ਪਾਰਟੀਬਾਜ਼ੀ ਇਸ ਤਰੀਕੇ ਨਾਲ ਭਾਰੂ ਹੈ ਕਿ ਕੇਵਲ ਅਤੇ ਕੇਵਲ ਸਿਆਸਤ ਕੀਤੀ ਜਾਂਦੀ ਹੈ ਇਹਨਾਂ ਦਾ ਮੁੱਦਾ ਅੰਦਰ ਕਿਸੇ ਨੇ ਚੁੱਕਣਾ ਠੀਕ ਨਹੀਂ ਸਮਝਿਆ ਇਹਨਾਂ ਦਾ ਮੁੱਖ ਗਰਾਊਸ ਕੀ ਹੈ ਮੁੱਖ ਇਹਨਾਂ ਦਾ ਰੌਲਾ ਕੀ ਹੈ ਕਿ ਜਿਹੜੇ ਸੁਰਜੀਤ ਸਿੰਘ ਦੀ ਡੈਥ ਕੋਈ ਸਧਾਰਨ ਡੈਥ ਨਹੀਂ ਸੀ
ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਕਰਕੇ ਓਵਰ ਟਾਈਮ ਕਦੇ ਜਲੀਲ ਕਰਨਾ, ਕਦੇ ਬਿਜਲੀ ਦੇ ਰੇਟ ਕਰਾਉਣੇ, ਕਦੇ ਕਿਸੇ ਤਰੀਕੇ ਨਾਲ ਜਲੀਲ ਕਰਨਾ। ਜਲੀਲ ਕਰਨ ਵਾਲੇ ਕੌਣ? ਕਾਂਗੜ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿੱਲੋਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਜਿਹੜੀਆਂ 24 ਘੰਟੇ ਉਹਨਾਂ ਦੇ ਨਾਲ ਸੰਪਰਕ 'ਚ ਰਹਿੰਦੀਆਂ ਨੇ, ਉਹਨਾਂ ਦੇ ਹਿਸਾਬ ਨਾਲ ਚੱਲਦੀਆਂ ਨੇ, ਔਰ ਇਹਨਾਂ ਦੀਆਂ ਫਰਿਆਦਾਂ ਜਸਟਿਸ ਰਣਜੀਤ ਸਿੰਘ ਕੋਲ ਵੀ ਲੈ ਕੇ ਗਏ, ਸੀਐਮ ਸਾਹਿਬ ਕੋਲ ਵੀ ਲੈ ਕੇ ਗਏ, ਹੁਕਮਰਾਨਾਂ ਕੋਲ ਵੀ ਲੈ ਕੇ ਗਏ, ਮਗਰ ਕਿਸੇ ਨੇ ਨਹੀਂ ਸੁਣੀ। ਅੱਜ ਇਹ ਆਪਣੀ ਗੱਲ ਇੱਥੇ ਆਪ ਬਿਆਨ ਕਰਨ ਵਾਸਤੇ ਆਏ ਹਾਂ। ਮੈਂ ਚਾਹੂੰਗਾ ਕਿ 2 ਮਿੰਟ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਇਨਸਾਫ ਦਿਵਾਉਣਾ, ਔਰ ਕਿੱਕੀ ਢਿੱਲੋਂ ਅਤੇ ਗੁਰਪ੍ਰੀਤ ਕਾਂਗੜ ਦੇ ਖਿਲਾਫ਼ ਪਰਚਾ ਦਰਜ ਹੋਵੇ, ਕਿਉਂਕਿ ਇਹਨਾਂ ਨੇ SHO ਥਾਣੇ 'ਚ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ, ਔਰ ਜਿੱਥੇ ਪਰਚਾ ਦਰਜ ਹੋਵੇ ਉੱਥੇ ਮਿਨਿਸਟਰ ਸਾਹਿਬ ਨੂੰ ਬਰਖਾਸਤ ਕਰਨ ਦੀ ਮੰਗ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਹਾਊਸ 'ਚ ਉਠਾਈ ਹੈ। ਆ ਬੀਬੀ ਜੀ ਕਿਆ ਕਾਕਾ ਜੀ ਆਪ ਦੀ ਗੱਲ ਦੱਸਣਗੇ ਲਖਵਿੰਦਰ ਸਿੰਘ। ਹਾਂਜੀ, ਮੈਂ ਤਾਂ ਇਹੀ ਫਰਿਆਦ ਲੈ ਕੇ ਆਈ ਹਾਂ ਵੀ ਪਹਿਲੀ ਤਾਂ ਮੇਰੀ ਫਰਿਆਦ ਇਹ ਹੈ ਵੀ ਜੇ ਮੇਰੇ ਕੋਲ ਘਰੇ ਕੋਈ ਘਟਨਾ ਵਾਪਰ ਗਈ ਅੱਜ ਤੋਂ ਬਾਅਦ, ਕਾਂਗੜ ਅਤੇ ਕਿੱਕੀ ਦੋਨੇ ਜ਼ਿੰਮੇਦਾਰ ਹੈ ਇਸ ਗੱਲ ਦੇ, ਚਾਹੇ ਮੇਰੇ ਬੇਟੇ ਨੂੰ ਮਾਰ ਜੇ ਕੋਈ, ਚਾਹੇ ਮੇਰੀ ਨੂੰਹ ਨੂੰ, ਚਾਹੇ ਮੈਨੂੰ, ਮੇਰੇ ਪਰਿਵਾਰ 'ਚੋਂ ਕੋਈ ਵੀ ਜੀ ਮਰ ਜੇ, ਇਹ ਜ਼ਿੰਮੇਦਾਰ ਹੈ, ਮੇਰੀ ਨਹੀਂ, ਸਰਕਾਰ ਨੇ ਫੜੀ ਬਾਂਹ। ਮੈਂ ਕੈਪਟਨ ਤੱਕ ਵੀ ਪਹੁੰਚ ਗਈ ਹਾਂ, ਪਰ ਉੱਥੋਂ ਕੈਪਟਨ ਨੇ ਕਿਹਾ ਸੀ ਵੀ ਤੁਰੰਤ ਕੀਤੇ ਜਾਵੇ ਕਾਰਵਾਈ, ਉੱਥੇ ਜਾ ਕੇ ਦੱਬ ਜਾਂਦੀ ਹੈ। ਮੈਨੂੰ ਨਹੀਂ ਪਤਾ ਵੀ ਕਿਹੜਾ ਸਿਆਸੀ ਬੰਦੇ ਦਾ ਐਡੇ ਦਾ ਹੱਥ ਆ, ਹੁਣ ਮੈਨੂੰ ਪਤਾ ਲੱਗ ਗਿਆ ਵੀ ਖਾਸ ਹੀ ਕਿੱਕੀ ਦੇ ਕਾਂਗੜਾ, ਜੋ ਕੁਛ ਮੇਰੇ ਘਰੇ ਕਰਾਉਣ ਵਾਲੇ ਇਹ ਦੋਨੇ ਜਾਣੇ ਹੈ, ਜੋ ਇਹਨਾਂ ਨੇ ਮੈਨੂੰ ਕੀਤਾ ਠੀਕ ਹੈ। ਮੈਨੂੰ ਨਹੀਂ ਪਤਾ ਇਹ ਕਿਹੜੇ ਅਫਸਰ ਨੂੰ ਬਚਾਉਂਦੇ ਸੀ ਵੀ ਕਿਹਦੀ ਖਾਤਰ ਇਹਨਾਂ ਨੇ ਸਾਨੂੰ ਇੰਨਾ ਉਹਨੂੰ ਜਲੀਲ ਕਰਕੇ ਉਸ ਬੰਦੇ ਨੂੰ ਮਾਰਿਆ। ਜੇ ਤਾਂ ਕਿਸੇ MLA ਦਾ, ਮੁੱਖ ਮੰਤਰੀ ਦਾ ਪੁੱਤ ਮਰ ਜੇ ਉਦੋਂ ਤਾਂ ਕਹਿ ਦਿੰਦੇ ਇਨਸਾਨ ਮਰ ਗਿਆ, ਜੇ ਕਿਸੇ ਗਰੀਬ ਦਾ ਮਰ ਗਿਆ ਕਹਿੰਦੇ ਸਿਰ ਦਾ ਪਸ਼ੂ ਮਰ ਗਿਆ। ਅੱਛਾ ਕੀ ਗੱਲ ਮੇਰੀ, ਕਿਉਂ ਨਹੀਂ ਸਰਕਾਰ ਨੇ ਮੇਰੀ ਬਾਂਹ ਫੜੀ? ਇੱਕ ਪਾਸੇ ਮੈਨੂੰ ਗੁਆ ਰੱਖਿਆ, ਮੈਨੂੰ ਧੱਕੇ ਨਾਲ ਗਵਾਹੀਆਂ ਦਵਾਈਆਂ ਮੈਥੋਂ ਘਰੋਂ ਚੱਕ ਕੇ ਮੇਰੇ ਬੰਦੇ ਨੂੰ ਜਲੀਲ ਕੀਤਾ, ਉਹਨੂੰ ਇੱਥੇ ਚੰਡੀਗੜ੍ਹ ਸਿੱਤਿਆ ਲਿਆ ਕੇ ਬਾਜੇ ਥਾਣੇ 'ਚ ਰੱਖਿਆ, ਅੱਜ ਸਰਕਾਰ ਨੇ ਮੇਰੀ ਬਾਂਹ ਕਿਉਂ ਨਹੀਂ ਫੜੀ? ਦੱਸੋ ਮੈਨੂੰ ਕਿਉਂ ਸਾਨੂੰ ਮਾਰਿਆ, ਇਹਨਾਂ ਤੋਂ ਕਿਉਂ ਸਾਨੂੰ ਮਰਵਾਇਆ? ਇਹਾਂ ਦੇ ਕਾਲੀਆਂ ਨੇ ਬੇਅਬਦੀ ਕਰਤੀ, ਠੀਕ ਹੈ, ਇਹਨਾਂ ਤੋਂ ਫੜਿਆ ਕਿਉਂ ਨਹੀਂ ਗਿਆ ਬੰਦਾ? ਬੇਅਬਦੀ ਵਾਲਾ ਕਿਉਂ ਨਹੀਂ ਫੜਿਆ ਗਿਆ? 3 ਸਾਲ ਹੋ ਗਿਆ, ਅਤੇ ਗਵਾਹ ਇਹਨਾਂ ਨੇ ਕਿਉਂ ਮਾਰਤੇ ਬਈ? ਇਹਨਾਂ ਨੇ ਕਿਉਂ ਮਰਵਾਇਆ ਗਵਾਹ? ਗਵਾਹ ਦੀਆਂ ਥਾਂ ਥਾਂ ਅਰਜ਼ੀਆਂ ਦਿੱਤੀਆਂ, ਮੈਂ ਉਹ ਚੱਕੀ ਫਿਰਦੀ ਹਾਂ। ਕੈਪਟਨ ਤੱਕ ਵੀ ਪਹੁੰਚਿਆ, SSP ਤੱਕ, ਕਿਹੜੇ ਤੱਕ ਨਹੀਂ ਉਹਨੇ ਕਿਹਦਾ ਕੁੰਡਾ ਨਹੀਂ ਖੜਕਾਇਆ ਜਾ ਕੇ? ਨਾਲੇ ਅੱਜ ਮੈਂ ਨਹੀਂ ਖੜਕਾਉਂਦੀ ਫਿਰਦੀ, ਮੈਂ ਅੱਜ ਰੋਲਦੀ ਫਿਰਦੀ ਹਾਂ। ਕੀ ਗੱਲ, MLA ਦੀਆਂ ਤਾਂ ਮੰਤਰੀ ਦੀ ਜਨਾਨੀ ਨਹੀਂ ਰੋ ਸਕਦੀ, ਮੈਂ ਰੋਲਦੀ ਫਿਰਦੀ ਥਾਣਿਆਂ 'ਚ, ਕਦੇ ਮੈਂ ਕਚਹਿਰੀਆਂ 'ਚ ਜਾਂਦੀ ਹਾਂ, ਕਰਲੇ 'ਚ, ਕਿੱਕੀ ਕਿਉਂ ਉਹਨਾਂ ਦੀਆਂ ਜਮਾਨਤਾਂ ਕਰਾਉਂਦਾ ਫਿਰਦਾ? ਦੱਸੋ ਇਹਨੂੰ ਕੀ ਲੱਭਤ ਹੈ? ਕਿਉਂ ਨਹੀਂ ਪਰਚਾ ਹੋਣ ਦਿੱਤਾ ਨਾ ਇਹਨਾਂ ਨੇ ਬਿਜਲੀ ਵਾਲਿਆਂ 'ਤੇ, ਨਾ ਇਹਨਾਂ ਨੇ ਪੁਲਿਸ ਮੁਲਾਜ਼ਮਾਂ 'ਤੇ, ਨਾ ਆਪਦੇ 'ਤੇ, ਇਹਨਾਂ 'ਤੇ ਹੋਣਾ ਹੀ ਕਾਹਦਾ ਸੀ? ਪਰ ਮੇਰੀ ਸਰਕਾਰ ਮੂਹਰੇ ਇਹੀ ਮੰਗ ਹੈ ਵੀ ਜੇ ਮੇਰੇ ਘਰੇ ਕੋਈ ਘਟਨਾ ਵਾਪਰ ਗਈ, ਚੱਲ ਠੀਕ ਆ ਉਹ ਤਾਂ ਮੁੱਕ ਗਿਆ, ਉਹਦਾ ਤਾਂ ਕਿਸੇ ਨੇ ਨਹੀਂ, ਕਿਸੇ ਨੂੰ ਨਹੀਂ ਸੋਗ ਭੋਰਾ ਵੀ, ਅਤੇ ਪਰ ਮੈਂ ਨਹੀਂ ਵੀ ਜੇ ਹੁਣ ਮੈਂ ਜਨਤਾ ਤੱਕ ਇਹੀ ਗੱਲ ਪਹੁੰਚਾਉਣੀ, ਜੇ ਮੇਰੇ ਘਰ ਦੇ ਕਿਸੇ ਜੀ ਨੂੰ ਕੋਈ ਹੋ ਗਈ, ਕਿੱਕੀ ਅਤੇ ਕਾਂਗੜ ਜ਼ਿੰਮੇਦਾਰ ਹੈ, ਕੋਈ ਮੇਰੇ ਰਾਤ ਨੂੰ ਅਜੇ ਮੈਨੂੰ ਰਾਹ 'ਚ ਜਾਂਦੀ ਨੂੰ ਕੋਈ ਮਾਰਦੇ, ਜਦੋਂ ਮੈਨੂੰ ਇੱਥੋਂ ਤੱਕ ਤਾਂ ਵੜਨ ਨਹੀਂ ਦਿੰਦੇ, ਦੱਸੋ ਵੀ ਮੈਨੂੰ ਕਿਉਂ ਨਹੀਂ ਵੜਨ ਦਿੰਦੇ? ਮੇਰੇ ਕੋਲ ਫੀਮ ਸੀ ਕਿ ਚਿੱਟਾ ਲਈ ਫਿਰਦੀ ਸੀ ਮੈਂ, ਜਿਹੜਾ ਮੈਨੂੰ ਇਹ ਆਪਦੇ ਜਾਣੇ ਮੇਰੇ ਮਗਰ ਮਗਰ ਪੁਲਿਸ ਲਾਈ ਹੈ? ਦੱਸੋ ਮੇਰੇ ਕੋਲ ਕੀ ਸੀ? ਅੱਛਾ ਇਹ MLA ਆਪਦੀਆਂ ਘਰਦੀਆਂ ਵੋਟਾਂ ਨਾਲ ਬਣ ਗਏ? ਜੇ ਮੇਰੇ ਵਰਗੇ ਜਨਤਾ ਨੇ ਇਹਨਾਂ ਨੂੰ ਵੋਟਾਂ ਪਾਈਆਂ ਤਾਂ ਇਹ ਬਣੇ। ਅੱਛਾ ਫਿਰ ਸਰਾਵਾਂ ਵਾਲਿਆਂ ਨੇ ਆਖਿਆ ਵੀ ਮੁੰਡਾ ਮਰ ਗਿਆ, ਉਹਨਾਂ ਦਾ ਗਵਾਹ ਬਣ ਗਿਆ, ਅੱਜ ਉਹ ਗਵਾਹ ਬਣ ਗਿਆ, ਪਹਿਲੀ ਗੱਲ ਤਾਂ ਉਹ ਬਾਹਰ ਬੈਠਾ ਸੀ, ਉਹਨੇ ਬਿਆਨ ਦਿੱਤਾ ਬੀਬੀ ਪੈਸਿਆਂ ਮਾਰੀ ਬੋਲਦੀ ਆ। ਬੀਬੀ ਪੈਸਿਆਂ ਮਾਰੀ ਨਹੀਂ ਬੋਲਦੀ, ਪੈਸਿਆਂ ਮਾਰੇ ਬੋਲਦੇ ਤੁਸੀਂ, ਜਿੱਦਣ 10-10 ਕਰੋੜ ਰੁਪਈਆ ਲੈ ਕੇ ਸੁਖਵੀਰ ਬਾਦਲ ਤੋਂ ਲਾਛਾਂ ਛੜਕ ਜੋ ਫੇਰ ਚੱਕੀਆਂ ਸੀ ਉਹਨਾਂ ਨੇ, ਅਸੀਂ ਤਾਂ ਥਾਣਿਆਂ 'ਚ ਧੱਕੇ ਖਾ ਕੇ ਊਂ ਹੀ ਆ ਗਏ, ਛਿੱਤਰ ਖਾ ਕੇ ਪੁਲਿਸ ਦੇ। ਉਹਨਾਂ ਨੂੰ ਪੁੱਛੋ ਤੁਸੀਂ ਤਾਂ ਪੈਸੇ ਅੱਜ ਤੋਂ ਉਹਨੂੰ ਪੈਸੇ ਦਿੱਤੇ ਤੁਸੀਂ ਅੱਜ, ਮੈਨੂੰ ਕੋਈ ਬੰਦਾ ਬਾਂਹ ਖੜੀ ਕਰਕੇ ਕਹੇ ਮੈਂ 1 ਰੁਪਈਏ ਦੀ ਸਰਕਾਰ ਤੋਂ ਮੰਗ ਨਹੀਂ ਮੰਗਦੀ, ਨਾ ਮੈਂ ਲੈਣਾ, ਗੰਦਗੀ ਖਾਊ ਜੇ ਮੈਂ ਸਰਕਾਰ ਤੋਂ ਪੈਸਾ ਲਊਂ ਤਾਂ, ਅਤੇ ਨਾ ਮੈਂ ਇਹ ਨੌਕਰੀ ਲੈਣੀ ਹੈ, ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ, ਅਤੇ ਨਹੀਂ ਮੈਂ ਕਿੱਕੀ ਢਿੱਲੋਂ ਦੀ ਕੋਠੀ ਮੂਹਰੇ ਜਾ ਕੇ ਆਪਦੇ ਆਪ ਨੂੰ ਅੱਗ ਲਾਊਂਗੀ। ਇੱਥੋਂ ਤੱਕ ਹੈ, ਜੇ ਮੇਰੇ ਪਤੀ ਦਾ ਇਨਸਾਫ ਨਾ ਮਿਲਿਆ ਮੈਥੋਂ, ਜੋ ਵੀ ਹੋਇਆ ਮੈਂ ਉਹ ਕਰੂੰਗੀ, ਮੈਂ ਪਿੱਛੇ ਹਟਣ ਵਾਲੀ ਨਹੀਂ। ਜਿਵੇਂ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਨਾ, ਕਿੱਕੀ ਕਹਿੰਦਾ ਫਿਰਦਾ ਬੀਬੀ ਪੈਸੇ ਮੰਗਦੀ ਆ, ਬੀਬੀ ਨਹੀਂ ਇਹੋ ਜਿਹੇ ਪੈਸੇ ਲਝਾਕਦੀ, ਬੀਬੀ ਨੇ ਕੁਰਬਾਨੀ ਕੀਤੀ ਹੈ, ਗਵਾਹੀ ਦਿੱਤੀ ਸੀ ਬੀਬੀ, ਐਂ ਨਹੀਂ ਉਹ ਹੋਰ ਹੀ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਚਿਰ ਲਾਛਾਂ ਨਹੀਂ ਚੱਕੀਆਂ ਸੀ, ਉਹ ਤਾਂ ਬਣਾ ਤੇ ਕਰੋੜਾਂਪਤੀ, ਉਹ ਪੈਸਾ ਕਿਹਦਾ ਸੀ?
ਉਹ ਸੁਖਵੀਰ ਬਾਦਲ ਦਾ ਅੱਜ ਮੋੜਨ ਸੁਖਵੀਰ ਦਾ ਬਾਦਲ ਦਾ ਪੈਸਾ ਤੇ ਮੈਂ ਸੁਖਵੀਰ ਨੂੰ ਫਾਂਸੀ ਲਵਾਉਂਗੀ। ਮੋੜਨ ਕਿਉਂ ਫੜਿਆ ਸੁਖਵੀਰ ਤੋਂ ਪੈਸਾ ਇਹਨਾਂ ਨੇ? ਅੱਜਾਂ ਦੇ ਬੀਬੀ ਸੁਖਵੀਰ ਦੇ ਮਗਰ ਲੱਗ ਕੇ ਬੋਲਦੀ ਹੈ, ਮੈਨੂੰ ਸੁਖਵੀਰ ਦੇ, ਮੈਂ ਕਿਉਂ ਸੁਖਵੀਰ ਦੇ ਮਗਰ ਲੱਗ ਕੇ ਬੋਲੂੰਗੀ? ਮੈਂ ਆਪਦਾ ਜਦੋਂ ਮੇਰੇ ਘਰ ਦਾ ਨਿਸ਼ਕਾਣ ਹੋਇਆ ਮੈਂ ਆਪ ਬੋਲੂੰਗੀ। ਆਹ ਵੇਖੋ ਕਾਂਗੜਾਂ ਦਾ ਮੈਂ ਆਹਦਾ ਹੈ ਹੀ ਨਹੀਂ ਗਾ ਸੀ। ਆਹ ਕਾਂਗੜ ਦੀਆਂ ਫੋਟੋ ਕਿੱਥੋਂ ਆ ਗਈਆਂ? ਆਹ ਅਖਬਾਰਾਂ 'ਚ ਧੰਨਵਾਦ ਕਾਂਗੜ ਦਾ ਕਿਵੇਂ ਕੀਤਾ ਗਿਆ? ਇਹਨਾਂ ਨੇ ਮੇਰੇ ਮੂੰਹ ਦੀ ਵਾਰ ਮੂੰਹ ਦੀ ਲੈਣ ਕਢਾਈ, ਕਿੱਦਣ ਦਾ ਇਹ ਮੈਨੂੰ ਜਲੀਲ ਕਰੀ ਜਾਂਦਾ? ਆਹ ਵੇਖੋ, ਆਹ ਵੇਖੋ, ਆਹ ਕਿੱਥੋਂ ਆ ਗਈਆਂ? ਹਜੇ ਕਹਿੰਦੇ ਅਸੀਂ ਤਾਂ ਜਾਣਦੇ ਹੀ ਨਹੀਂ, ਬੀਬੀ ਨੂੰ ਨਹੀਂ ਜਾਣਦੇ ਅਸੀਂ ਤਾਂ ਕਿਸੇ ਨੂੰ। ਮਨਜਿੰਦਰ ਦੀ ਫੋਟੋ ਜੀ, ਜਿਹੜਾ ਜਿਹਦੇ ਖਿਲਾਫ ਇਹ ਗੱਲ ਕਰਦੇ, ਆ ਕਿੱਕੀ ਢਿੱਲੋਂ ਦੀ ਫੋਟੋ, ਇਹਨੇ ਮੀਤ ਪ੍ਰਧਾਨ ਬਣਾਇਆ ਜੀ, ਉਹਨੂੰ ਮੀਤ ਪ੍ਰਧਾਨ ਉਹਨੂੰ ਬਣਾਇਆ। ਉਹਨਾਂ ਨੇ ਬੰਦੇ ਛੱਡੇ ਸੀ ਆਪਦੇ, ਆਪਦੇ ਮੇਰੇ ਸਾਹਮਣੇ ਨਹੀਂ ਆਏ, ਉਹਨਾਂ ਨੇ ਆਪ ਸਾਹਮਣੇ ਨਹੀਂ, ਉਹਨੇ ਦੂਜਿਆਂ ਦੇ ਮੋਢੇ ਜਿਹੜੇ ਬੰਦੇ ਛੱਡੇ ਸੀ, ਕਦੇ ਮੇਰੇ ਵਾਰ ਮੂਰ ਦੀ ਲੈਣ ਕਰਤੀ, ਕਦੇ ਮੇਰੇ ਕਦੇ। ਅੱਛਾ, ਇੱਕ ਬੰਦਾ ਗਵਾਹ ਹੋਵੇ, ਮੁੱਖ ਪਿੰਡ ਦਾ ਸਰਪੰਚ ਹੋਵੇ, ਸਭ ਸੰਮਤੀ ਨਾਲ ਉਹ ਬੰਦਾ ਬਣਿਆ ਹੋਵੇ, ਉਹਦੇ ਘਰੇ ਤਿੰਨ ਤਿੰਨ ਬਿਜਲੀ ਵਾਲੇ ਦਾ ਤਿੰਨ ਤਿੰਨ ਘੰਟੇ ਦੱਸੋ ਕੀ ਕੰਮ ਹੈ? ਸਾਰੇ ਮੇਰੇ ਘਰ ਦੀ ਜਾ ਕੇ ਵੇਖੋ ਭੰਨ ਤੋੜ ਕੀਤੀ ਪਈ ਹੈ, ਕਿਉਂ ਤਿੰਨ ਘੰਟੇ ਮੈਨੂੰ ਜਲੀਲ ਕੀਤਾ ਉਹਨਾਂ ਨੇ? ਮੇਰਾ ਮੀਟਰ ਖੰਭੇ 'ਤੇ ਲੱਗਿਆ ਲੈ ਜਾਂਦੇ ਪੱਟ ਕੇ, ਫਿਰ ਕਿੱਕੀ ਨੇ ਮੇਰੇ ਪੈਸੇ ਕਿਉਂ ਭਰੇ? ਇਹ ਆਪਦੇ ਹੋਰ ਬੰਦੇ ਭੇਜਦੇ ਸੀਗੇ ਜੀ, ਅਣਛਪਾਤੇ ਬੰਦੇ ਭੇਜਦੇ ਸੀ ਵੀ ਤੂੰ ਪੈਸੇ ਲੈ ਲਓ ਤੇ ਗਵਾਹੀ ਤੋਂ ਮੁੱਕਰ ਜਾਓ। ਹੁਣ ਗੁਰਪ੍ਰੀਤ ਸਿੰਘ ਕਾਂਗੜ ਕਹਿੰਦੇ ਮੈਂ ਮਨਜਿੰਦਰ ਬਿੱਟੇ ਨੂੰ ਜਾਣਦਾ ਨਹੀਂ, ਆਹ ਮਨਜਿੰਦਰ ਬਿੱਟੇ ਵੱਲੋਂ ਬਕਾਇਦਾ ਜੋ ਸਾਡੇ ਘਰ ਅੱਗੇ ਦੀ ਲਾਈਨ ਕੱਢੀ ਗਈ 11,000 ਵੋਲਟ ਦੀ, ਉਹਦਾ ਅਖਬਾਰ ਦੇ ਵਿੱਚ ਧੰਨਵਾਦ ਕੀਤਾ ਗਿਆ ਜੀ। ਕਿੱਕੀ ਢਿੱਲੋਂ ਦਾ ਤੇ ਕਾਂਗੜ ਦਾ ਧੰਨਵਾਦ ਕਰ ਰਿਹਾ ਹੋ? ਫਿਰ ਮੈਂ ਤਾਂ ਝੂਠ ਮਾਰਦੀ ਨਹੀਂ, ਮੈਂ ਤਾਂ ਝੂਠ ਮਾਰਤਾ ਤੇ ਜਿਹੜੀਆਂ ਸਰਪੰਚ ਸਾਹਿਬ ਦੀਆਂ ਚਿੱਠੀਆਂ ਥਾਂ ਥਾਂ ਤੇ ਉਹਨੇ ਦਿੱਤੀਆਂ, ਜੱਜ ਸਾਹਿਬ ਨੂੰ ਪੁੱਛੋ ਜਾ ਕੇ। ਮਨ ਤੋਂ 15 ਦਿਨ ਪਹਿਲਾਂ ਜੱਜ ਸਾਹਿਬ ਨਾਲ ਉਹਨੇ ਗੱਲ ਕੀਤੀ ਵੀ ਜੱਜ ਸਾਹਿਬ ਮੈਨੂੰ ਬਹੁਤ ਤੰਗ ਕਰ ਰਹੇ, ਮੈਨੂੰ ਬਹੁਤ ਪਰੇਸ਼ਾਨ, ਚਲੋ ਇੱਥੇ ਚੰਡੀਗੜ੍ਹ 'ਚ ਚਲੋ ਥੋੜੀ ਜੱਜ ਨਾਲ ਗੱਲ ਕਰਾਵਾਂ। 15 ਤਰੀਕ ਨੂੰ ਉਹਨਾਂ ਦੀ ਮੌਤ ਹੁੰਦੀ ਹੈ, 30 ਤਰੀਕ ਨੂੰ ਸਾਡੇ ਖਾਤੇ ਦੇ ਵਿੱਚ ਕੋਈ ਪੈਸੇ ਭਰਦਾ ਜੀ। ਕਿਉਂ ਭਰੇ ਸਾਨੂੰ, ਕਿਉਂ ਚੋਰ ਬਣਾਉਂਦੇ ਇਹ? ਅਸੀਂ ਹਾਲਾਂਕਿ ਕਹੀ ਨਾ ਸਾਡਾ ਬਿਜਲੀ ਨਾਲ ਕੋਈ ਲੈਣ ਦੇਣ ਦਾ ਕਨੈਕਸ਼ਨ ਹੈ ਨਹੀਂ, ਅਸੀਂ ਚੋਰ ਨਹੀਂ, ਕਿਸੇ ਨੇ ਸਾਡੇ ਖਾਤੇ ਦੇ ਵਿੱਚ ਪੈਸੇ ਪਾਏ ਜੀ, 20,556 ਰੁਪਏ ਭਰੇ ਗਏ ਆ ਜੀ। ਕਿਉਂ ਭਰੇ ਇਹ ਕਿਸੇ ਨੇ? ਜਦੋਂ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੋਂ ਪੁੱਛਿਆ ਹੀ ਹੋਗਾ, ਸਾਨੂੰ ਤਾਂ ਪਤਾ ਨਹੀਂ ਤੁਹਾਡੇ ਪੈਸੇ ਕੌਣ ਭਰ ਗਿਆ ਜੀ। ਫਿਰ ਮੈਂ ਉਹਨਾਂ ਤੇ ਕਾਰਵਾਈ ਕੀਤੀ ਬਿਜਲੀ ਵਾਲਿਆਂ ਤੇ, ਪੁਲਿਸ 2 ਪੁਲਿਸ ਮੁਲਾਜ਼ਮ ਸੀ, ਕਿਉਂ ਇਹਨਾਂ ਨੇ ਕਿਉਂ ਕੀ ਗੱਲ? ਜਿਹੜੇ ਪਿੰਡ ਦੇ 3 ਲੋਕਲ ਉਹ ਬੰਦੇ ਪਾਸੇ ਵਿੱਚ, ਇਹ ਕਿਉਂ ਕੱਢੇ ਗਏ? ਇਹਨਾਂ ਨੂੰ ਪੁੱਛੋ ਪਰਚੇ 'ਚ, ਚਾਹੇ ਪੁਲਿਸ ਨੂੰ ਪੁੱਛੋ, ਚਾਹੇ ਇਹਨਾਂ ਨੂੰ ਪੁੱਛੋ, ਉਹ ਬੰਦੇ ਵੀ ਕਿਉਂ? ਉਹ ਅਫਸਰ ਕਰਕੇ ਤਾਂ ਕੱਢੇ ਗਏ, ਲੋਕਲ ਬੰਦੇ ਪਾਸੇ, ਉਹ ਸਾਡੇ ਪਿੰਡ ਦਾ ਲੋਕਲ ਬੰਦਾ, ਕਿੱਕੀ ਦਾ ਖਾਸ ਬੰਦਾ, ਜਿਹਨੂੰ ਇਹਨੇ ਮੀਤ ਪ੍ਰਧਾਨ ਬਣਾਇਆ ਜਾਟ ਮਾਸਾ ਦੇ। ਫੋਟੋ ਵਿਖਾ ਰਹੇ ਜਿਹਨੇ ਫਾਇਰਿੰਗ ਦੀ ਗੱਲ ਜਿੱਤੇ ਕਰਦੇ ਆ, ਤੇ 2 ਵਾਰੀ ਮੇਰੇ ਘਰ ਤੇ ਫਾਇਰਿੰਗ ਹੋਈ। ਆ ਕਾਂਗਰਸ ਦਾ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ ਜੀ, ਆਹ ਹੁਣ ਕਾਂਗਰਸ ਨੇ ਟਿਕਟ ਉਹਦੇ, ਕਾਂਗਰਸ ਨੇ ਟਿਕਟ ਦਿੱਤੀ ਉਹਦੇ ਨਾਲ ਹੀ ਖਲੋਤਾ, ਫਿਰ ਉਹਦੀ ਆ ਬੋਰਡ 'ਚ ਫੋਟੋ, ਉਹ ਕਿੱਕੀ ਨਾਲ ਵੀ ਫੋਟੋ, ਆ ਬੋਰਡ 'ਚ ਫੋਟੋ ਕਿੱਕੀ ਢਿੱਲੋਂ ਨਾਲ ਕਾਂਗਰਸ ਦੀ, ਆ ਕਿੱਕੀ, ਆ ਇੱਥੇ ਮਨਜਿੰਦਰ। ਫਿਰ ਉਹ ਕਹਿੰਦਾ ਮੈਂ ਜਾਣਦਾ ਨਹੀਂ ਮੀਤ ਪ੍ਰਧਾਨ ਉਹਨੂੰ ਬਣਾਇਆ, ਫਿਰ ਕਹਿ ਦਿੰਦੇ ਮੈਂ ਜਾਣਦਾ ਨਹੀਂ ਵਿਦ ਪ੍ਰੂਫ। ਦੇਖੋ ਇੱਕ ਸਧਾਰਨ ਪੇਂਡੂ ਬੰਦੇ ਇੰਨਾ ਕੁਝ ਚੁੱਕੀ ਫਿਰਦੇ ਆ। ਅਸੀਂ ਗਰੀਬ ਬੰਦੇ ਸੀ, ਅਸੀਂ ਆਪਦੀ ਰੋਟੀ ਕਰਕੇ ਖਾਣ ਵਾਲੇ ਸੀ, ਜਿਹੜਾ ਇਹਨਾਂ ਨੇ ਸਾਨੂੰ ਰੋਲ ਤਾ ਅੱਜ। ਜਸਬੀਰ ਕੌਰ ਇੱਕ ਸਵਾਲ, ਜਦੋਂ ਜੀ ਸਿੰਘ ਦੀ ਮੌਤ ਹੋਈ ਹੈ ਉਸ ਤੋਂ ਪਹਿਲਾਂ ਕਦੇ ਉਹਨਾਂ ਨੇ ਕਿਸੇ ਅਫਸਰ ਦਾ ਤੁਹਾਡਾ ਨਾਮ ਜ਼ਿਕਰ ਕੀਤਾ ਪਰਿਵਾਰ ਦੇ ਵਿੱਚ ਜਦੋਂ ਜਿਹੜੀ ਉਹਨਾਂ ਨੇ ਗਵਾਹੀ ਦੇਣੀ? ਹਾਂਜੀ, ਉਹਨਾਂ ਦੇ ਸਾਰੀਆਂ ਦਰਖਾਸਤਾਂ ਪਈਆਂ, ਉਹ ਆਪ ਦੇ ਕੇ ਮੁੱਖ ਮੰਤਰੀ ਤੱਕ, DI ਤੱਕ, SSP ਤੱਕ, ਸਭ ਉਹਨਾਂ ਦੀਆਂ ਦਰਖਾਸਤਾਂ ਮੈਂ ਤਾਂ ਉਹੀ ਚੱਕੀਆਂ। ਉਹਨਾਂ ਦਾ ਮੁੱਦਾ ਮੈਨੂੰ ਤਾਂ ਉਹ ਕਹਿ ਕੇ ਗਿਆ ਸੀ, ਮੈਨੂੰ ਉਹਨੇ ਮਰਨ ਤੋਂ ਪਹਿਲਾਂ ਫੜਾ ਤੇ ਕਾਗਜ਼ ਵੀ ਆਹ ਮੇਰੇ ਕਾਗਜ਼ ਪਏ ਤੇ ਤੂੰ ਮੇਰਾ ਆਹ ਮੁੱਦਾ ਚੱਕ ਲਈ ਵੀ ਤੂੰ ਇਸੇ ਦੇ ਕਿੱਕੀ ਢਿੱਲੋਂ ਦੇ ਕਾਂਗੜ ਦਾ ਹੀ ਹੈ। ਇਹਨਾਂ ਨੇ ਕੀਤਾ ਪਰੇਸ਼ਾਨ ਸਾਨੂੰ, ਹੋਰ ਕਿਸੇ ਨੇ ਨਹੀਂ। ਸਾਨੂੰ ਕੋਈ ਜਾ ਕੇ ਜਾਮਾ ਆਖਾਂ ਵੀ ਸਾਨੂੰ ਸਰਕਾਰ ਕੋਈ ਹੋਰ ਕਰੇ, ਰਾਣਾ ਸੋਢੀ ਕਰਿਆ ਜਾਂ ਸਾਨੂੰ ਕੈਪਟਨ ਕਰਿਆ ਜਾਂ ਸਾਨੂੰ ਸੁਖਵੀਰ ਕੇ ਕਰਿਆ ਹੈ, ਨਹੀਂ ਸਾਡੀ ਤਾਂ ਗੁਰੂ ਮਹਾਰਾਜ ਦੇ ਸੀ, ਅਸੀਂ ਤਾਂ ਉਹਦੇ ਚ ਗੋਲੀਕਾਂਡ ਹੋਇਆ, ਗੋਲੀਕਾਂਡ ਦੇ ਗਵਾਹ ਸੀਗੇ, ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸੀਗੀ ਜੀ ਉਹਨਾਂ ਦੀ ਗਵਾਹੀ ਜੀ, ਜਿਹੜਾ ਉੱਥੇ ਗੋਲੀਕਾਂਡ ਦੇ ਵਿੱਚ ਜਿਹੜਾ ਕੋਈ ਵਾਪਰਿਆ ਸੀਗਾ ਜੀ, ਉਹ ਗਵਾਹੀ ਸੀਗੀ ਸਾਡੀ। ਫਿਰ ਕਿੱਕੀ ਢਿੱਲੋਂ ਨੂੰ ਕੀ ਲੋੜ ਸੀ ਬੰਦੇ ਲਿਆ ਲਿਆ ਕੇ ਇੱਥੇ? ਗਵਾਹਾਂ ਨੂੰ ਪਹਿਲਾਂ ਗਵਾਹ ਕਿੱਥੇ ਗਏ ਸੀ? ਉਹ 3 ਸਾਲ ਹੋ ਗਏ ਪਹਿਲਾਂ ਦਾ ਗਵਾਹ ਕੋਈ ਪੇਸ਼ ਹੈ? ਕਿੱਕੀ ਢਿੱਲੋਂ ਨੇ ਕਿਉਂ ਲਿਆ ਕੇ ਗੋ ਇੱਥੇ ਕੀਤੇ ਪੇਸ਼? ਜੀ ਬੀਬੀ ਤਾਂ ਪੈਸਿਆਂ ਮਾਰੀ ਫਿਰਦੀ ਆ, ਬੀਬੀ ਦਾ ਸੁਖਵੀਰ ਮਗਰ ਲੱਗ ਗਈ, ਬੀਬੀ ਤੋਲਣ ਵਾਲੀ ਬੁੜੀ ਨਹੀਂ, ਤੂੰ ਵੀ ਪਹਿਲਾਂ ਸੁਖਵੀਰ ਦਾ ਬੰਦਾ ਹੀ ਸੀ,
जे तू तीजे दिन दल बदलता बीबी नहीं बदलती बीबी एक स्टैंड ते खड़ूगी नहीं मैं बेनती करा जी देखो मुकदी गल की है हर हस्बैंड हैज डाइड सुरजीत सिंह हैज डाइड ही इज द मुख गवाह और ओदे ते मेंटली जदो गवाह बन गया ओदी मेंटल हैरेसमेंट शुरू होगी कि किवें ना किवें हर तरीके ना दो बारी घर दे बाहर फायरिंग होंदी है ये थाने जांदे है रिपोर्ट दर्ज कराउंदे है कोई सुनदा मेंटल टॉर्चर फिर इन्हां ते बिजली चोरी की रेड होंदी है सारा घर घर पट मारदे है ये कुछ नहीं लभदा ये आ तुहानूं इन्हां ने आ ओह दिखाया कि 20,000 रुपया ने जमा कराया कहिंदे असीं जमा ही नहीं कराया मतलब ये लड़े अच्छा इन्हां ने वीडियो बनाई जदों बिजली वाले आए मकसद फिर सी मेंटल टॉर्चर मेंटल हैरेसमेंट की गवाही नहीं देनी इन्हां ने वजीर कांगड़ सी जेड़ा ये बंदा किक्की ढिल्लों क्योंकि इस काम च बड़े एक्टिव रहे हैं उन्हां कोल भी पहुँच की कोई सुनवाई नहीं उन्हां दा मेन बंदा जिवें हर पिंड च ये पता ही होंदा फलाना बड़ा अगाह वधू कांग्रेसी है ते फलाने फलाने दे नेड़े है मनजिंदर वो बंदा है जेड़ा इन्हां नूं अप्रोच करदा सी कि तुसी किक्की ढिल्लों दे आखे कांगड़ दे आखे ये काम तो पिछे हट जाओ पुलिस वालिआं खिलाफ गवाही मत दिओ और ये परेशानी जद सुरजीत सिंह क्योंकि पिंड दा सारे दा फैसला सी नहीं पिछे हटे ते उन्हां नूं फिर वेख्या कि ये सीधे रस्ते तो मनदा नहीं हुण इन्हां दी घेराबंदी शुरू करो हैरस करना शुरू करो और वो दिमागी बोझ टेंशन वो हालात बनाते अगले दे कि एक तंदुरुस्त बंदा एकदम ही रब नूं प्यारा हो गया हुण बीबी ने यह रौला पाया लिखती शिकायत दित्ती थाने चे कानून तो बराबर है ना कोई लिखती शिकायत आवे कोई बंदा मर गया होवे ते पुलिस नामजद कर दिंदी है उन्हां लोकां नूं कि किक्की ढिल्लों ते कांगड़ अबव दी लॉ हो गए बहबल कलां गोली कांड दे मसले च जो अफसरां दी मदद करन लग गए कांग्रेसी वो अबव एवरीथिंग हो गए अज कईआं नूं जवाब देना पैणा फिर बीबी ने जे बोलना है जे विधानसभा आना है जे ये कांग्रेस दी इन्हां संपर्क च पहलां कांग्रेस दी रहे है ते वो लै आउंदे जे बाकी दे गवाहां दी गल करके ते इन्हां नूं विचों क्यों नहीं इन्हां दी सुनवाई नुकसान तो इन्हां दा होया सुरजीत सिंह दा रौला मसला ही सारा सुरजीत सिंह दी डेथ तो शुरू हुंदा इन्हां नूं फेर तो दित्ता मेरी पिंड दा मुख बंदा होवे इन्हां ने ड्रामा पहलां इन्हां ने मेरे घरे पाती चल असीं आखिया मीटर लै जाओ पट के सानू उन्हां ने लख रुपया पाता असीं मान लिया भी चल भर दांगे कोई गल नहीं असीं उन्हें समझा लिया भी तू बह जा तैनू तंग करनगे मैं उन्हें यह भी गल कही भी तैनू मैं उस दिन कहा भी गवाही ना दे भी तैनू मैं रोकया सी तैनू महंगी पैनी है गवाही यह जदों उन्होंने मैं रोकया जदों इन्होंने फिर 20 दिन बाद इन्होंने फिर पिंड च रेट पवाई पिंड च इन्होंने मेन मेन घर के मीटर फड़वाए फड़वा के पिंड च यह गल कही भी सुरजीत सिंह सरपंच थोड़े मीटर पिंड दे फड़ाउंदा इस बंदे नूं वो शर्म दे नाल टेंशन लैके वह बंदा मरिया वो कहना मैं एड्डी घटिया गल की अच्छा फिर जदों इन्होंने यह गल की फिर इन्होंने पवा के रेट जिहड़े आपदे आपदे बंदे सी उन्हां दे मीटर नाल दी नाल पैसे भर भर के छड़वाते जिहड़े कोई सरपंच दे बंदे सी किसे दा मीटर फड़िया गया उहदे उन्हां नूं लख लख किसे नूं 50,000 रुपया पाता वह इहदे कोल आउण भी सरपंच साहब तू आ की करता भी तू साडे मीटर फड़ाते सी तेरे खास बंदे वह इस गल दे नाल टेंशन लै के वह मरिया ऊ नहीं वह बंदा मरन वाला सी वह ढैया ढैण वाला बंदा नहीं सी वह एड्डा दलेर बंदा सी उन्हें करोड़ों रुपया उहदे मगर चक्की फिरदे सी भी तू गवाही तों मुकर जा कहिंदा सी गुरु महाराज दी गवाही है मैं मुकर मनजिंदर मनजीत बाबा जेड़ा हर बंदा इन्हां नूं अप्रोच इस गल लई कर रहा कि नहीं तुसीं पिछे हटो जदे बार बार हर प्रूफ दे रहे हैं और किक्की ढिल्लों डिनाई करता कि मेरा तो कोई संपर्क ही नहीं कांगड़ साहब डिनाई करते फिर सारिया पोस्टा इस वक्त डिलीट आई फेसबुक तो अच्छा आ गल बड़ी वधिया जी जे उन्होंने फिक्र कोई नहीं सी ते फेसबुक तो हुण डिलीट क्यों करतीआं
ਵਾਇਆ ਦੇ ਅੱਜ ਤੁਸੀਂ ਫੇਸਬੁੱਕ ਖੋਲ ਕੇ ਵੇਖ ਲਓ ਤੁਹਾਨੂੰ ਇਹ ਫੋਟੋ ਨਹੀਂ ਲੱਭਣੀ ਤੇਰੇ ਘਰ ਦੇ ਮੂਹਰ ਦੀ ਕੋਈ ਦਰਖਤ ਲੱਗੇ ਤੇਰੇ ਬਾਗ ਚ ਉਹਦੇ ਵਿੱਚ ਦੀ ਆਪਾਂ ਲੈਣ ਕੱਢਾਂਗੇ ਇਹ ਕੀ ਕਹਿ ਰਹੇ ਉਹਨਾਂ ਦੀ ਗਵਾਹੀ ਜਸਰ ਰਣਜੀਤ ਸਿੰਘ ਕੋਲ ਹੋਈ ਹੈ ਜੀ ਸੈੱਟ ਕੋਲ ਹੋਈ ਹੈ ਤੇ ਜੋਰਾ ਸਿੰਘ ਕਮਿਸ਼ਨ ਕੋਲ ਹੋਈ ਹੈ ਹਰ ਥਾਂ ਉਹਨਾਂ ਦੀ ਗਵਾਹੀ ਹੋਈ ਹੈ ਹਰੇਕ ਥਾਂ ਬਿਆਨ ਕਲਮ ਬੰਦ ਹੋਏ ਹੈ ਜੀ ਅੱਛਾ ਜਦੋਂ ਦੇ ਬਾਹਰ ਨੂੰ ਫਿਰ ਇਹ ਨਹੀਂ ਪਤਾ ਸਾਨੂੰ ਬੇਆਬ ਜੀ ਕਿਹਨੇ ਕਰਾਈ ਆ ਪਰ ਇਹ ਗਵਾਹ ਨੂੰ ਤੇ ਆਪ ਮਾਰ ਰਹੇ ਆ ਨਹੀਂ ਗਵਾਹ ਨੂੰ ਤੁਹਾਨੂੰ ਮੌਕੇ ਸਰਕਾਰ ਮਰਵਾ ਰਹੀ ਆ ਆਹ ਰੇਸ਼ਮ ਸਿੰਘ ਦਾ ਤੁਸੀਂ ਕੁਝ ਦਿਨ ਪਹਿਲਾਂ ਵੀਡੀਓ ਵੇਖਣਾ ਕ੍ਰਿਸ਼ਨ ਭਗਵਾਨ ਦਾ ਜਿਹੜਾ ਭਰਾ ਹੈ ਜੀ ਉਹ ਵੀ ਵਾਰ ਵਾਰ ਇਹ ਕਹਿ ਰਿਹਾ ਜੀ ਮੈਨੂੰ ਇਹਨਾਂ ਮੰਤਰੀਆਂ ਤੋਂ ਖਤਰਾ ਜੀ ਬਾਜਵਾ ਦਾ ਨਾਂ ਲੈ ਕੇ ਉਹ ਵਾਰ ਵਾਰ ਉਹ ਕਹਿ ਰਿਹਾ ਜੀ ਉਹਨੇ ਉਹਦੀ ਸ਼ਹਿਰ ਦੇ ਬੰਦੇ ਕੱਢੇ ਗਏ ਆ ਜੀ ਇਹ ਸਾਰਾ ਕੋਰ ਨਾ ਰਜਿਆ ਰਜਿਆ ਸਰਕਾਰ ਦਾ ਇਹਦਾ ਡਰਾਮਾ ਹੀ ਪੂਰਾ ਬਣਿਆ ਦੇਣਾ ਆਹ ਲੱਡੂ ਖਵਾਉਂਦੇ ਹੋਏ ਕਿੱਕੀ ਢਿੱਲੋਂ ਨੂੰ ਲੱਡੂ ਖਵਾਉਂਦੇ ਆਹ ਫੋਟੋ ਆ ਲਓ ਥੱਲੇ ਮਤਲਬ ਕਮਾਲ ਹੋ ਗਈ ਜੀ ਧੱਕੇਸ਼ਾਹੀ ਹੋਈ ਤੁਸੀਂ ਇੱਥੇ ਬੋਲੋ ਪਰ ਉਹਨਾਂ ਦੀ ਜਵਾਨ ਚੋਂ ਇੱਕ ਸ਼ਬਦ ਵੀ ਨਿਕਲੇ ਜੀ ਇਸ ਮਸਲੇ ਦੇ ਨਾ ਕੋਈ ਪਾਰਟੀ ਨੀ ਦੇਖੋ ਇੱਕ ਗੱਲ ਮੰਨ ਕੇ ਚਲੋ ਤੁਸੀਂ ਨਾ ਜੇ ਐ ਔ ਚ ਨਾ ਪਓ ਇੱਕ ਮੇਰੀ ਯਾਰ ਇਹ ਲਾਈਵ ਸਿਚੁਏਸ਼ਨ ਹੈ ਬੰਦੇ ਦੀ ਡੈਥ ਜਦੋਂ ਹੋਈ ਆ ਉਸ ਤੋਂ ਬਾਅਦ ਜਿਹੜੇ ਸਵਾਲ ਖੜੇ ਹੋਏ ਆ ਮੈਂ ਜੇ ਉਦੋਂ ਦੀ ਗੱਲ ਦਾ ਕੀ ਤੁਹਾਨੂੰ ਜਵਾਬ ਦੇ ਦਿਆਂ ਔਰ ਅੱਜ ਜੋ ਹੋ ਰਿਹਾ ਕਿਵੇਂ ਪੁਲਿਸ ਅਫਸਰਾਂ ਨੂੰ ਦੇਖੋ 11 ਨਾਮਜ਼ਦ ਹੋਏ ਸੀ ਜਦ ਇਹਨਾਂ ਨੇ ਪਹਿਲੀ ਗਵਾਹੀ 'ਚ ਉਹ ਸਾਰੇ ਉਸ 'ਚ 4 ਛੱਡੇ 7 ਕੱਢਤੇ 7 ਕਿਹਨੇ ਕੱਢੇ ਆਹ ਕਾਂਗਰਸ ਦੀ ਸਰਕਾਰ ਨੇ ਕੱਢੇ ਕੱਢੇ ਕਿਹੜੇ ਇੱਕ ਹੈ ਪੰਨੂ ਹਰਜਿੰਦਰ ਗਿੱਲ ਕੱਢਿਆ ਡੀਐਸਪੀ ਔਰ ਇੱਕ ਇੰਸਪੈਕਟਰ ਮਤਲਬ 6 ਟੋਟਲ 11 ਸੀ 4 ਰਹਿ ਗਏ ਕਿੰਨੇ 7 ਕੱਢਤੇ ਮੈਂ 7 ਦਾ ਨਾਂ ਤੁਹਾਨੂੰ ਉਹਨੇ ਦੇ ਦੇਣਾ ਆਈ ਵਿਲ ਗਿਵ ਯੂ 7 ਨੇ ਜਿਹੜੀ ਪਹਿਲੀ FIR ਹੋਈ ਹੈ ਉਹ 'ਚ 11 ਬੰਦਿਆਂ ਦੇ ਨਾਂ ਸੀ ਮੁੜ ਕੇ ਜਿਹੜਾ ਇਹਨਾਂ ਨੇ FIR ਕੀਤੀ ਉਹ 'ਚ 4 ਰਹਿ ਗਏ 7 ਕਿਹਨੇ ਕਢਾਏ ਸਰਕਾਰ ਦਾ ਕੋਈ ਮੰਤਰੀ ਕਢਾ ਰਿਹਾ ਨਾ ਸਰਕਾਰ ਕਢਾ ਰਹੀ ਹੈ ਹੋਰ ਤਾਂ ਕੋਈ ਕੱਢ ਹੀ ਨਹੀਂ ਸਕਦਾ ਫਿਰ ਬਿੱਟੇ ਦੇ ਪਰਚਾ ਹੋਏ ਨੂੰ ਪੂਰਾ 1.5 ਮਹੀਨਾ ਹੋ ਗਿਆ ਜੀ ਹਜੇ ਤੱਕ ਉਹਦੀ ਅਰੈਸਟ ਨਹੀਂ ਹੋਈ ਜੀ ਫੋਟੋਆਂ ਵਿਖਾਈਆਂ ਤੁਹਾਨੂੰ ਸਾਰੀਆਂ ਜਿਹੜੀ ਕਿੱਕੀ ਢਿੱਲੋਂ ਤੇ ਸਾਰਿਆਂ ਦਾ ਫੋਟੋ ਸਾਨੂੰ ਕਦੋਂ ਵੀ ਮਾਰ ਸਕਦਾ ਪੁਲਿਸ ਦਾ ਇਹੀ ਹੱਥ ਉਹਨੇ ਤਾਂ ਹੀ ਛੱਡਿਆ ਪੁਲਿਸ ਨੇ ਵੀ ਤੂੰ ਪੇਰ ਫੜਾਂਗੇ ਤੈਨੂੰ ਪਹਿਲਾਂ ਕੱਢਾ ਇਹਨਾਂ ਦਾ ਜੀ ਹੋਰ ਖਤਮ ਕਰਦੇ ਚਲੋ ਆ ਇੱਕ ਆ ਆਈ ਵੀ ਕੈਨ ਰੈਪ ਦਿਸ ਅਪ ਦੇਰ ਇਜ਼ ਅਨਦਰ ਇਨਸੀਡੈਂਟ ਦੈਟ ਹੈਜ਼ ਹੈਪਨਡ ਇਨ ਦਾ ਵਿਧਾਨ ਸਭਾ ਵਿੱਚ ਵੀ ਵਾਂਟ ਟੂ ਹਾਂਜੀ ਤੁਸੀਂ 2 ਮਿੰਟ ਇੱਧਰ ਆ ਜਾਓ ਪਿੱਛੇ ਆ ਮੁੱਦਾ ਇੱਕ ਹੋਰ ਹੈ ਇਹਨਾਂ ਨੇ ਉਹ ਕੀ ਸਵਾਲ ਜਵਾਬ ਮੈਂ ਉਹੀ ਆ ਰਿਹਾ ਜੀ ਆ ਟੀਨੂ ਜੀ ਆਪ ਹੀ ਦੱਸ ਰਹੇ ਇੱਧਰ ਆ ਜਾਓ ਕੁਰਸੀ ਤੇ ਬਿਠਾ ਲਓ ਇੱਥੇ ਆ ਜਾਓ ਬੀਬੀ ਜੀ ਇੱਧਰ ਆ ਜਾਓ ਖੁੱਲ ਕੇ ਗੱਲ ਦੱਸੋ ਤੁਸੀਂ ਬੈਠੋ ਤੁਸੀਂ